ਮਰਜਾ ਮਰਜਾ ਮੇਰਾ ਸਾਇਆ ਜੇ ਤੂੰ ਮਰੇਗਾ ਤਾਂ ਹੀ ਮੇਰਾ ਵਿਆਹ ਹੋਊ ਵੱਡਾ ਧਰਮਿੰਦਰ ਸ਼ੋਲੇ ਫਿਰ ਮਾਲਾ ਕੰਜਰ ਦਾ ਪੁੱਤਾ ਜੇ ਚਾਹਨਾ ਇਤਨਾ ਵੱਡੀ ਟੈਂਕੀ ਚੜਦਾ ਵੱਡੀ ਟੈਂਕੀ ਤੇ ਉਹ ਜਿੱਦਾਂ ਕਿ ਮੇਰਾ ਕਾਦਾ ਉੱਜਦਾ ਹੀ ਚੜਿਆ ਤਮੱਤਿਆ ਕਰਨ ਲੱਗਿਆ ਬੰਦੇ ਦਾ ਪੁੱਤ ਬਣ ਕੇ ਥੱਲੇ ਉਤਰਿਆ ਨਹੀਂ ਐਸੀ ਤੌੜੀ ਲਾਹੂ ਸਾਰੀ ਉਮਰ ਯਾਦ ਰੱਖੇਗਾ ਲੰਡਿਆ ਥੱਲੇ ਨਾਲ ਮੇਰੀ ਲਾਸ਼ ਹੀ ਜਾਊ ਲਾਸ਼ ਉਹ ਭਾਈ ਕਰਮਿਆ ਉਹ ਸਧਾਰਿਆ ਉਹ ਨਿੱਕੂ ਭਾਬੀ ਮੈਂ ਤੇਰੀ ਭਾਬੀ ਹਾਂ ਉਹਨੂੰ ਕਹਿਣਾ ਓਏ ਆ ਜਾ ਬਾਪੂ ਮਾਰਨ ਲੱਗਿਆ ਕੀ ਗੱਲ ਬੇਬੇ ਕਿਵੇਂ ਰੌਲਾ ਜਾ ਪਾ ਕੇ ਸਾਰਾ ਪਿੰਡ ਅਸਮਾਨ ਤੇ ਚੱਕੀ ਫਿਰਦੀ ਆ ਤੂੰ ਆ ਜਾ ਤੇਰਾ ਬਾਪ ਕਿਵੇਂ ਬੈਠਾ ਬਾਂਦਰ ਵਾਂਗੂ ਟੈਂਕੀ ਤੇ ਚੜਿਆ ਕਹਿੰਦਾ ਮੈਂ ਛਾਲ ਮਾਰ ਕੇ ਮਰ ਜੂ ਕਿਤੇ ਨਹੀਂ ਮਰਦਾ ਮਰ ਲੈਣ ਦੋ ਇਹਨੂੰ ਐਵੇਂ ਮੈਂ ਹਾਏ ਤੁਹਾਡੇ ਕਮਲੇ ਟੱਪਾ ਦਾ ਲੰਗਰ ਫੂਕਣਾ ਉਹ ਭਾਬੀ ਹਾਂ ਲਾਲਾ ਰੋਟੀਆਂ ਮੈਨੂੰ ਤਾਂ ਭੁੱਖ ਲੱਗੀ ਭਈਆ ਉਹ ਮਾਸਾ ਥੱਲੇ ਆ ਜਾ ਉਹ ਐਵੇਂ ਲੱਤ ਬਾਨਾ ਤਰਾ ਨਹੀਂ ਉਹ ਤੇਰਾ ਸਪੇਅਰ ਪਾਰਟ ਵੀ ਨਹੀਂ ਮਿਲਣਾ ਮਾਰਕੀਟ ਚੋਂ ਮੁੜ ਕੇ ਹੱਥ ਨਹੀਂ ਲਾਦੀ ਉਹ ਬੇਬੇ ਉਹ ਕਹਿ ਦੇ ਉਹ ਚਾਹੇ ਝੂਠਾ ਹੀ ਕਹਿ ਦੇ ਉਹ ਕੇਰਾ ਤੈਨੂੰ ਥੱਲੇ ਲਾ ਲਈਏ ਆਪਾਂ ਮੈਂ ਕਿਹਾ ਜੀ ਥੱਲੇ ਆ ਜਾਓ ਮੈਨੂੰ ਥੋੜੀ ਸੌਂ ਲੱਗੇ ਜੇ ਮੈਂ ਤੁਹਾਨੂੰ ਮੁੜ ਕੇ ਹੱਥ ਲਾਵਾਂ ਆ ਜਾਓ ਆ ਜਾਓ ਆ ਜਾਓ ਉਹ ਚਲੋ ਸੁਣਾਣਿਆ ਭਾਈ ਲਾ ਲਿਆ ਉਹ ਬਾਪੂ ਨੂੰ ਸਾਰਾ ਤੂੰ ਇੱਥੇ ਆਂਡੇ ਦੇਣਾ ਕਮਾਉਣ ਖਾਣ ਨੂੰ ਤਾਂ ਸਾਡਾ ਬੋਦਾ ਬਾਹਲਾ ਹੀ ਚੰਗਾ ਗਾ ਭਾਈ ਹੋਰ ਤਾਂ ਹੋਰ ਸੁੱਖ ਨਾਲ ਮੇਰੇ ਛੋਟੇ ਭਰਾ ਦੀ ਬੁਣੀ ਬਣਾਈ ਬਹੁਤ ਹੈ ਗੱਲ ਕੀ ਸਵਾਹ ਹੋਣੀ ਸੀ ਅਤਰਾ ਕਸਮੈਲਾ ਜਿਹਾ ਮੁੰਡਾ ਰੋਜ਼ ਕੁੜੀ ਨੂੰ ਛੇੜਦਾ ਰੱਖੜੀ ਫਿਰ ਤਾਂ ਭੈਣੇ ਮੈਨੂੰ ਮਿਲਦੀ ਰਹੇਗੀ ਨਾ ਫੇਰ ਭਰਾ ਜੀ ਹੁਣ ਅਸੀਂ ਰਿਸ਼ਤਾ ਪੱਕਾ ਸਮਝੀਏ ਤੁਹਾਡੇ ਸਾਹਮਣੇ ਮੁੰਡੇ ਦੀ ਨਵੀਨ ਕੌਰ ਭੈਣ ਵੀ ਪੱਕੀ ਹੋ ਗਈ ਹੁਣ ਤਾਂ ਮੇਰਾ ਦਿਮਾਗ ਨਹੀਂ ਖਰਾਬ ਹੋਇਆ ਜਿਹੜਾ ਮੈਂ ਆਪਣੀ ਕੁੜੀ ਦਾ ਰਿਸ਼ਤਾ ਤੁਹਾਡੇ ਮੁੰਡੇ ਨਾਲ ਕਰਦਾ ਉਹ ਸ਼ਰਮ ਕਰ ਸ਼ਰਮ ਹੈ ਅੱਜ ਤਾਂ ਥੱਪੜਾਂ ਵਾਲੀ ਤੇਰੀ ਸੈਂਚਰੀ ਪੂਰੀ ਹੋ ਗਈ ਓਏ ਕਦੋਂ ਤੱਕ ਸਾਡੀ ਬੇਇੱਜ਼ਤੀ ਕਰਾਉਂਦਾ ਰਹੇਗਾ ਓਏ ਵੀਰੇ ਉਦੋਂ ਤੱਕ ਜਦੋਂ ਤੱਕ ਤੁਸੀਂ ਮੇਰਾ ਵਿਆਹ ਨਹੀਂ ਕਰਦੇ ਆਹਾ ਆ ਯਾਰ ਮੇਰੇ ਸਾਊ ਪੁੱਤ ਮੈਂ ਤੇਰੇ ਕਰਾਉਣੀ ਆ ਆਨੰਦ ਕਾਰਜ ਬੇਬੇ ਠਹਿਰ ਜਾ ਆਨੰਦ ਕਾਰਜ ਬਾਅਦ ਚ ਕਰਾਈ ਪਹਿਲਾਂ ਮੇਰੇ ਸੁਰਮਾ ਤੇ ਕਰ ਲੈਣ ਦੇ ਆਪਦੇ ਲਾਡਲੇ ਜੋਰ ਦੇ ਇੱਕ ਆ ਮਰਿਆ ਹੋਇਆ ਸੱਪ ਮੇਰੇ ਗਲ ਪੈ ਗਿਆ ਮੈਂ ਕਿੰਨੇ ਦਿਨਾਂ ਕਹੀ ਜਾਂਦਾ ਕਿ ਮੈਨੂੰ ਦਵਾਈ ਦਵਾਰੇ ਦਵਾਈ ਦਵਾਰੇ ਦਵਾਈ ਤੈਨੂੰ ਕੀ ਸਵਾਦ ਵਾਵਾ ਪਿਛਲੇ ਹਫਤੇ ਗੋਲੀਆਂ ਦਾ ਪੱਤਾ ਦਵਾਇਆ ਸੀ ਸਣੇ ਪੱਤੇ ਖਾ ਗਿਆ ਹਜੇ ਕਹਿੰਦਾ ਮੇਰਾ ਢਿੱਡ ਦੋ ਨਾ ਕਿਹਦੇ ਦਵਾਲੇ ਹੋਈ ਆ ਬੇਬੇ ਹੁਣ ਤੂੰ ਮੈਂ ਬਹੂ ਕਿਹਦੇ ਦਵਾਲੇ ਹੋਣਾ ਸੀ ਮੈਂ ਤਾਂ ਤੇਰੇ ਲਾਡਲੇ ਸਹੁਰੇ ਦਾ ਹਾਲ ਚਾਲ ਪੁੱਛਦੀ ਆ ਹਾਲ ਚਾਲ ਪੁੱਛੇ ਉਹ ਵੀ ਤੂੰ ਪੁੱਛਿਆ ਮੈਂ ਉਹਨਾਂ ਜਨਾਨੀਆਂ ਵਰਗੀ ਨਹੀਂ ਹੈਗੀ ਜਿਹੜੀਆਂ ਆਪਦੇ ਘਰ ਵਾਲਿਆਂ ਨੂੰ ਵੱਧ ਘੱਟ ਬੋਲਦੀਆਂ ਨੇ ਤੇ ਗਾਲਾਂ ਕੱਢਦੀਆਂ ਨੇ ਉਹ ਤਾਂ ਹੈ ਬੇਬੇ ਤੂੰ ਬਾਪੂ ਨੂੰ ਕਦੇ ਮਾੜਾ ਚੰਗਾ ਤਾਂ ਬੋਲਿਆ ਹੀ ਨਹੀਂ ਇੱਕ ਆਹ ਕੁੱਤਾ ਕਮੀਨਾ ਹੈ ਨਾ ਅਕਲ ਨਾ ਸ਼ਕਲ ਨਾ ਮਰਦਾ ਨਾ ਖੇੜਾ ਛੜਦਾ ਮੈਂ ਤਾਂ ਕਹਿੰਦਾ ਰੱਬ ਕਰਕੇ ਇਹਨੂੰ ਪੈ ਜੇ ਪਲੇ ਕਹਿਨੂੰ ਕੰਜਰ ਨੂੰ ਹੈ ਮੇਰਾ ਤਾਂ ਜੀ ਕਰਦਾ ਨਾ ਇਹਨੂੰ ਮਸਲ ਮਸਲ ਕੇ ਮਾਰ ਦਵਾਂ ਦੇਖ ਬਹੁ ਪਰ ਕੀ ਮਜਾਲ ਹੈ ਮੈਂ ਇਹਨੂੰ ਕਦੇ ਮਾੜਾ ਚੰਗਾ ਬੋਲਿਆ ਹਾਂ ਓਏ ਸੁਣ ਲੈ ਜਿਹੜੇ ਬਾਪੂ ਬਾਰੇ ਤੇਰੇ ਮੂੰਹ ਚੋਂ ਫੁੱਲ ਕਰਦੇ ਸੀ ਤੇਰਾ ਬਾਪੂ ਤਾਂ ਮੈਨੂੰ ਪੁੱਤਾਂ ਲੱਗਾ ਪੁੱਤਾਂ ਵਰਗਾ ਮੈਂ ਤਾਂ ਉਹਦੇ ਮੰਜੇ ਤੇ ਬੈਠੀ ਥੱਕ ਗਈ ਤੇ ਹੁਣ ਮੈਂ ਕੁਰਸੀ ਤੇ ਬਹਿਣੀ ਮੈਂ ਕੰਮ ਲੈ ਜਾਂ ਉਹਦੇ ਬੈਠ ਕੇ ਕੁਰਸੀ ਤੇ ਬਹਿਣੀ ਆ ਪੱਟੀ ਲਗਾਉਣ ਓਏ ਐ ਬਹਿ ਗਿਆ ਕੁਰਸੀ ਤੇ ਕੋ ਸ਼ਗਨ ਪਾਉਣਾ ਸ਼ਗਨ ਨਹੀਂ ਪਾਉਣਾ ਚਾਚੇ ਮੈਂ ਤਾਂ ਮੰਮੀ ਕੋਲ ਜੂਆਂ ਕਢਾਉਣੀਆਂ ਨੇ ਚੌਂ ਤੂੰ ਖਾਣੀਆਂ ਨੇ ਬੇ ਨਾ ਕਹਿ ਨੂੰ ਬਾਂਦਰ ਜਿਹੇ ਨੂੰ ਇਹਨੇ ਸੱਚਮੁੱਚ ਹੀ ਖਾ ਲੈਣੀਆਂ ਨੇ ਉਹ ਦੇਖੇ ਨਹੀਂ ਪਹਾੜਾਂ ਤੇ ਕਿਵੇਂ ਇੱਕ ਦੂਜੇ ਦੇ ਕੱਢ ਕੱਢ ਖਾਣ ਲੱਗੇ ਹੁੰਦੇ ਨੇ ਆਪਦੀਆਂ ਮਾਂ ਮਾਂ ਜੇ ਘਰੋਂ ਨਹੀਂ ਹਰਦਾ ਪੰਚਰ ਦਾ ਪੁੱਤ ਉੱਤ ਦੇਖ ਰਾ ਸੰਧਾਰਾ ਨਾ ਸਰਪਣ ਹੈ ਬੰਦਾ ਬਣ ਗਿਆ ਤੂੰ ਪਰ ਖੋਤੇ ਦਾ ਖੋਤਾ ਰਹਿਣਾ ਤਾਂ ਲੰਡਿਆ ਕੀ ਗੱਲ ਬੀਬੋ ਤੂੰ
जवाब दे के आ गया। तो बापू वो की करनी सी जिहड़ी चार पांच बारी भज्जी हुई आ, फिर अपने लत्तां लाइया ने तां भज्जो भी हो। बेबे ए की मजाक बनाया पिया, जेड़ा देखो ओही बेचारा मेरे भोले भाले छोटे वीर ने थप्पड़ मार जांदा है। इधर आउंदा ओ थप्पड़ मार जांदा, हां इधर आउंदा ओ थप्पड़ मार जांदा है। की मजाक रख बनाया पिया तुसी, ओ रब दा वास्ता इहनू मेरे छोटे वीर नू छाती नाल रहण दे, छाती नाल छड्डो जी, इहनां दा तां आही सियापा रहणा। चलो आपां बाजार जाणा। की गल बीबो, की सोचण लग पई? करमा कह के गया थी, बोदे नू शांति ना रहन दे ओ। सारे पिंड च गेड़े खा के आ गई, मनु शांति किते दिसी नहीं। कमली ना होवे ओ, इना फिरनी वाला गंडा नहीं। आहो ओदी गली विचकारली कुड़ी आ, ओरा ना हो शांति। अच्छा हां, ए शांति ना मिल गई, चलो चलिए। चलो चलो नवरा पता मुक्की चक्कर बोदी नहीं। आ जा लिया, बिठा दे रे बापू, बिचाले बिठा दे। आए हाय काम चढ़ गया। ओहो शांति किथे आओ बी कंजर तेरा ना अभी डैडी तेरा। हां बेबे मैं बुला के लियोनी है। ले आ बच के भैया, तुम ही इधर हो जा चौरे आ। बेबे पुत्ता मेरा ब्याह पक्का ही हो, वहां हो जो कोई ना। पुत्त उठ खड़ ले, आ गए ले, आ गए आ गए आ गए। पल्ले पल्ले नारायण दे घर कीड़ियां किमें आ गईयां। अबे हट ले भी गंडा राम, मैनू गल घुमा के करन दी आदत है नहीं। असी मेरे बोते खातर तेरी शांति दा रिश्ता लेना आया। अच्छा अच्छा, बोते वास्ते? बोता नहीं, बोता बोता। ओए बापू दीदा पटाका पटाका। काका मुंह संभाल के बोल। ओ मेरी तीवियां तू ठेका ला ना। पकना ठक तेरी तीवी किवें होगी? ओ साडे वालों तां गल पक्की है। ओ शांति आ उठ चली आपां अंबरा च। क्यों होर उड़ने अंबरा च? बापू घबरा क्या तू? कैंची आ खबर नाल ही लैके आया आ रिबन कट्टण वास्ते। नाले बापू तू आ कुड़िया नू कह दी भी मेरे ते फुहारा जरा मारना। ओ कुछ नहीं हुंदा, ओ जे मार भी दिता फिर की है, ओ सालियां नू चा हुंदा चा। ओ ए ता गल तेरी ठीक है वीरे, पर जे उन्होंने मेरे मुंह ते फुहारा मारता फिर मेनू नहीं पता भी की हो जे। बे तन्नू कुछ नहीं हुंदा, बंदा मार के गाहा हो जा। मम्मी पोटी आई आ। दो मिनट रोक ला, पहला ए रीबन दा फा फट लिए। मम्मी अगर रोक ली तो सारा काम विच ही हो जू। फिर रोक ला दो मिनट। चल कर पहला तेरी पोटी वाला फा फड़ा के लिया। ना तुसी इत्थे खड़े की करदे हो? पानी किने पाना? चलो मैं नाल। ਮੇਰੀ ਚੁੱਪੀ ਆਪਾਂ ਵਾਲ ਕੇ ਤੂੰ ਤਾਂ ਰੀਬਨ ਕਟਾਣਾ।
ਛੱਡੋ ਰਿਵਰ ਨੂੰ, ਅਸੀਂ ਨਹੀਂ ਕਰਨਾ ਰਿਸ਼ਤਾ। ਫੜ ਲਓ ਕਮਲੀ ਬਰਾਤ ਨੂੰ, ਕੀ ਦੇਖਦੇ ਹੋ।